ਭਾਰਤ ਤੇ ਪੰਜਾਬ ਦੇ ਵਿੱਚ ਜੇਕਰ ਅਸੀਂ ਰਹੇ ਹੋਵਾਂਗੇ, ਪਿੰਡਾਂ ਦੇ ਵਿੱਚ ਰਹੇ ਹੋਵਾਂਗੇ, ਤਾਂ ਜ਼ਰੂਰ ਇਹ ਸਫ਼ਰ ਨੂੰ ਜਿਵੇਂ ਤੁਸੀਂ ਹੁਣ ਗੀਤ ਰਾਹੀਂ ਸੁਣਿਆ, ਜ਼ਰੂਰ ਤੁਹਾਡੇ ਮਨ ਦੇ ਵਿੱਚ ਉਹੀ ਚਿੱਤਰ ਉੱਭਰ ਆਇਆ ਹੋਵੇਗਾ ਜਿਹੜਾ ਮੇਰੇ ਵੀ ਆਇਆ। ਇੱਕ ਖਾਸ ਤਰ੍ਹਾਂ ਦਾ ਸੱਭਿਆਚਾਰ ਜਿਹੜਾ ਸਦਾ ਹੀ ਡੁੱਬਦਾ ਰਿਹਾ ਅਤੇ ਗੀਤਾਂ ਦੀ ਸ਼ਾਨ ਬਣਦਾ ਰਿਹਾ। ਗੱਡੀਆਂ ਵਾਲੇ ਕਦੇ ਉਹਨਾਂ ਨੂੰ ਤਿਰਸਕਾਰ ਨਾਲ ਵੀ ਦੇਖ ਲੈਂਦੇ ਸੀ, ਛੋਟੇ ਕਹਿ ਕੇ ਵੀ ਦੇਖ ਲੈਂਦੇ ਸੀ, ਪਰ ਗੀਤ ਉਹਨਾਂ ਨਾਲ ਕਿਹੋ ਜਿਹਾ ਬਣਦਾ, ਉਹਨਾਂ ਦਾ ਜੀਵਨ ਕਿੰਨਾ ਖੂਬਸੂਰਤ ਗੀਤਾਂ ਦੇ ਵਿੱਚ ਬਣ ਜਾਂਦਾ ਹੈ, ਅਤੇ ਸਾਨੂੰ ਕਿੰਨੀ ਖੂਬਸੂਰਤੀ ਦਿੰਦਾ ਇਹਦਾ ਅਹਿਸਾਸ ਇਸ ਗੀਤ ਰਾਹੀਂ ਹੋਇਆ। ਸੋ ਗੁੱਡ ਮਾਰਨਿੰਗ ਕੈਲਗਰੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। 9 ਤੋਂ 9:30 ਦੇ ਦਰਮਿਆਨ ਮੈਂ ਤੁਹਾਨੂੰ ਕਿਹਾ ਸੀ, ਰਮਨਜੀਤ ਸਿੰਘ ਸਿੱਧੂ ਐਮ ਯੋਰ ਹੋਸਟ, ਕਿ ਸਾਡੇ ਨਾਲ ਮਹਿਮਾਨ ਸ਼ਾਮਿਲ ਹੋਣਗੇ, ਅਤੇ ਬਿਲਕੁਲ ਸਾਡੇ ਨਾਲ ਦਿਲਰਾਜ ਜੀ, ਜਿਨ੍ਹਾਂ ਨੇ ਇਹਨਾਂ ਬੋਲਾਂ ਨੂੰ ਆਪਣੀ ਆਵਾਜ਼ ਦਿੱਤੀ ਹੈ, ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਹੋ ਚੁੱਕੇ ਨੇ, ਉਹਨਾਂ ਦੇ ਪਹਿਲਾਂ ਸਵਾਗਤ ਕਰਦੇ ਹਾਂ। ਦਿਲਰਾਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ। ਰੈੱਡ ਐੱਫ ਐੱਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੇ ਆਪਣੇ ਦਿਲਰਾਜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਸਾਡਾ ਸਾਥ ਦੇਣਗੇ ਮਾਸਟਰ ਬਲਜਿੰਦਰ ਸਿੰਘ ਜੀ। ਮਾਸਟਰ ਜੀ, ਤੁਸੀਂ ਵੀ, ਤੁਹਾਡਾ ਸਵਾਗਤ ਹੈ। ਧੰਨਵਾਦ ਰਮਨ ਜੀ ਤੁਹਾਡਾ। ਮੇਰੀ ਤਾਂ ਡਿਊਟੀ ਇੰਨੀ ਆ ਕਿ ਮੈਂ ਬਸ ਇਹਨਾਂ ਨੂੰ ਸਟੂਡੀਓ ਤੱਕ ਲੈ ਕੇ ਆਇਆ। ਮੈਂ ਇਸ ਮੁੰਡੇ ਨੂੰ ਇੰਡੀਆ ਤੋਂ ਹੀ ਜਾਣਦਾ ਸੀ, ਅਤੇ ਜਿੰਨਾ ਕੁ ਮੇਰੀ ਵਾਕਫੀਤ ਹੈ, ਚੰਗਾ ਗਾਉਂਦਾ ਮੁੰਡਾ। ਅਤੇ ਮੇਰੇ ਵੱਲੋਂ ਵੀ ਤੁਹਾਡੀ ਸਾਰੀ ਟੀਮ ਨੂੰ ਮਤਲਬ, ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਰੋਤੇ ਇਹ ਨਾ ਸੋਚਣ ਵੀ ਮੇਰਾ ਸਮਾਂ ਅੱਜ ਸਮਾਂ ਦਿਲਰਾਜ ਦਾ ਹੀ ਹੈ, ਪਰ ਪ੍ਰੋਗਰਾਮ ਤੁਹਾਡੀ ਲਾਇਬ੍ਰੇਰੀ 'ਚ ਹੋਏਗਾ। ਹਾਂ, ਮਿਹਰਬਾਨੀ। ਔਰ ਮੇਰੇ ਨਾਲ ਇਹਨਾਂ ਦੇ ਸਾਥੀ ਵੀ ਆਏ ਹੋਏ ਜੀ, ਸੁਖਰਾਜ ਸਿੰਘ ਗਿੱਲ ਸਾਹਿਬ, ਇਕੱਠੇ ਗਾਉਂਦੇ ਰਹੇ ਨੇ ਬਚਪਨ 'ਚ। ਸੁਖਰਾਜ ਜੀ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਜੀ। ਸਿੱਧੂ ਸਾਹਿਬ ਅਤੇ ਸਾਰੇ ਸੁਣਨ ਵਾਲੇ ਰੈਡੀਓ ਫੀਲਡ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਭਾਜੀ। ਦਿਲਰਾਜ ਜੀ, ਅੱਜ ਦੇ ਜ਼ਮਾਨੇ ਦੀ ਗਾਇਕੀ ਅਤੇ ਫਿਰ ਇਹੋ ਜਿਹੇ ਬੋਲਾਂ ਨੂੰ ਤੁਸੀਂ ਚੁਣਿਆ, ਆਪਣੀ ਆਵਾਜ਼ ਵਿੱਚ ਲੈ ਕੇ ਤੁਸੀਂ ਗਾ ਕੇ ਪੇਸ਼ ਕੀਤਾ, ਇੱਥੋਂ ਤੁਹਾਡੀ ਇੱਕ ਵਿਲੱਖਣਤਾ ਦਾ ਅਨੁਭਵ ਮੈਨੂੰ ਹੋਇਆ, ਅਤੇ ਮੈਂ ਜਾਣਨਾ ਚਾਹਾਂਗਾ ਥੋੜ੍ਹਾ ਜਿਹਾ ਆਪਣੇ ਗਾਇਕੀ ਦੇ ਸਫ਼ਰ ਦੇ ਉੱਤੇ ਚਾਨਣਾ ਪਾਓ, ਸਾਡੇ ਨਾਲ ਸਾਂਝ ਪਾਓ ਜੀ। ਨਵਾਂ ਅਤੇ ਉੱਥੋਂ ਬਚਪਨ ਤੋਂ ਗਾਉਣ ਦੀ ਚਿਣਗ ਲੱਗੀ, ਫਿਰ ਸਾਡੇ ਪਰਿਵਾਰ ਦੇ ਵਿੱਚ ਮੇਰੇ ਮਾਮਾ ਜੀ ਰਣਜੀਤ ਮਣੀ ਜੀ, ਅਤੇ ਉਹ ਪੰਜਾਬ ਦੇ ਵਧੀਆ ਸਿੰਗਰ ਨੇ ਜੀ ਜੀ, ਅਤੇ ਸੋ ਉਸ ਤੋਂ ਬਾਅਦ ਸਕੂਲ ਦੇ ਵਿੱਚ ਬਾਲ ਸਭਾਵਾਂ ਦੇ ਵਿੱਚ ਗਾਉਣ ਦਾ ਮੌਕਾ ਮਿਲਦਾ ਰਿਹਾ ਹੈ। ਸੋ ਸਭ ਨੇ ਬਹੁਤ ਐਪਰੀਸ਼ੀਏਟ ਕੀਤਾ, ਪਸੰਦ ਕੀਤਾ ਜੀ। ਸੋ ਉਸ ਤੋਂ ਬਾਅਦ ਉਸਤਾਦ ਬਰਕ ਸਿੱਧੂ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ, ਅਤੇ ਕੁਛ ਸਮਾਂ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਸੋ ਗਾਇਕੀ ਦਾ ਫਿਰ ਰੰਗ ਹੀ ਚੇਂਜ ਹੋ ਗਿਆ। ਸੋ ਸੁਣਨ ਦਾ ਅਤੇ ਗਾਉਣ ਦਾ ਸਾਰਾ ਹੀ ਕਲਾਸੀਕਲ ਸੂਫੀਜ਼ਮ ਅਤੇ ਚੰਗੀ ਗਾਇਕੀ ਅਤੇ ਕੁਛ ਸਿੱਖਣਾ ਸ਼ੁਰੂ ਕੀਤਾ, ਅਤੇ ਉੱਥੋਂ ਬਸ ਮੁਹਾਂਦਰਾ ਹੀ ਚੇਂਜ ਹੋ ਗਿਆ, ਇੱਕ ਪਾਸੇ ਫੋਕ ਰੰਗ ਅਤੇ ਥੋੜ੍ਹਾ ਜਿਹਾ ਮੈਂ ਕਲਾਸੀਕਲ ਨੂੰ ਜ਼ਿਆਦਾ ਹਾਂਜੀ ਪਸੰਦ ਕੀਤਾ ਜੀ। ਅਤੇ ਮੌਜੂਦਾ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਤੁਹਾਡੀ ਤਾਂ ਵਨਗੀ ਮੈਂ ਵੇਖ ਹੀ ਲਈ, ਉੱਥੋਂ ਤਾਂ ਦੇਖਦੇ ਲੱਗਦਾ ਵੀ ਤੁਸੀਂ
ਗਾਇਕੀ ਦੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਗਾਇਕੀ ਜਿਹੜੀ ਉਹਦੀ ਉਹ ਬੜੀਆਂ ਵਿਧਾਵਾਂ ਨੇ, ਬੜੀਆਂ ਕਿਸਮਾਂ ਵੀ ਨੇ। ਤੁਸੀਂ ਔਖੇ ਵਾਲੇ ਰਾਹ ਕਦੋਂ ਚੁਣ ਲਏ? ਮਾਰਕੀਟ ਇਕੋਨਮੀ ਦੇ ਹਿਸਾਬ ਨਾਲ ਔਖੇ ਵਾਲੇ ਰਾਹ ਜੀ, ਕਿ ਜਿਨ ਕੇ ਹੋਂਟੋ ਪੇ ਹਸੀ ਪਾਓ ਪੇ ਛਾਲੇ ਹੋਂਗੇ ਵਹੀ ਲੋਕ ਤੇਰੇ ਚਾਹਨੇ ਵਾਲੇ ਹੋਂਗੇ। ਸੋ ਰਾਹ ਤਾਂ ਜ਼ਰੂਰ ਔਖੇ ਆ, ਪਰ ਇੱਕ ਪਾਸੇ ਆਪਾਂ ਇੱਕ ਪਟਾਕੇ ਨੂੰ ਅੱਗ ਲਾ ਦਈਏ ਹਨਾ, ਜੇ ਗੀਤਾਂ ਦੀ ਗੱਲ ਕਰਦੇ ਹਾਂ ਤਾਂ ਫਟ ਕੇ ਖਤਮ ਖੇਡ, ਇੱਕ ਪਾਸੇ ਆਪਾਂ ਧੂਫ ਦਿਖਾ ਦਈਏ ਤੇ ਉਸ ਲੰਬਾ ਸਮਾਂ ਧੁਖਦੀ ਰਹਿੰਦੀ। ਸੋ ਇੱਦਾਂ ਦੇ ਕਲਚਰਲ ਗੀਤ, ਸੱਭਿਆਚਾਰ ਗੀਤ ਇੱਕ ਧੂਫ ਵਾਂਗ ਲੰਬਾ ਸਮਾਂ ਧੁਖਦੇ ਰਹਿੰਦੇ ਆ। ਸੋ ਤਾਂ ਇਸ ਰਾਹ ਨੂੰ ਚੁਣਿਆ ਕਿ ਲੰਮਾ ਸਮਾਂ ਪੰਜਾਬੀ ਮਾਂ ਬੋਲੀ ਦੀ, ਸੱਭਿਆਚਾਰ ਦੀ ਸੇਵਾ ਕਰ ਸਕੀ ਜੀ। ਅਕਸਰ ਤੁਹਾਡੀ ਇਸੇ ਆਖਰੀ ਗੱਲ ਤੋਂ ਹੀ ਮੈਂ ਗੱਲ ਪੁੱਛਣੀ ਸੀ, ਤੁਸੀਂ ਬੋਲ ਦਿੱਤਾ ਮਾਂ ਬੋਲੀ ਦੀ ਸੇਵਾ ਤਾਂ ਬਹੁਤ ਹੋ ਰਹੀ ਹੈ ਜੀ। ਮੈਂ ਕਹਿੰਦਾ ਜੇ ਨਾ ਹੀ ਹੋਵੇ ਤਾਂ ਚੰਗਾ, ਜੇ ਉਹਦਾ ਕੋਈ ਖਿਆਲ। ਬਹੁਤ ਹੋ ਰਹੀ ਹੈ ਜੀ, ਬਹੁਤ ਹੋ ਰਹੀ ਹੈ ਹਨਾ। ਕਮਾਈ ਨੂੰ ਅਸੀਂ ਸੇਵਾ ਹੀ ਦੱਸੀ ਜਾਂਦੇ ਹਾਂ, ਰਾਜ ਨਹੀਂ ਸੇਵਾ, ਇਹ ਭਰਾਵਾ ਹੱਥ ਜੁੜਦੇ ਆ ਸੇਵਾ ਮੂਹਰੇ ਜੀ। ਸੋ ਪਰ ਕੁਝ ਸੱਚਮੁੱਚ ਜਿਹੜੇ ਸੇਵਾ ਕਰਦੇ ਨਾ, ਫਿਰ ਉਹਨਾਂ ਦਾ ਹਾਲ ਦੇਖਣ ਵਾਲਾ ਹੁੰਦਾ ਜਿਹੜੀ ਗੱਲ, ਸਮਾਜ ਉਹਨਾਂ ਨੂੰ ਖੜਾਉਂਦਾ ਕਿੱਥੇ ਆ, ਉਹਨਾਂ ਦਾ ਹਾਲ ਦੇਖਣ ਵਾਲਾ ਹੁੰਦਾ ਜੀ ਜੀ। ਸ਼ੇਅਰ ਅਰਜ਼ ਕਰਦਾ ਪ੍ਰਵੀਨ ਸ਼ਾਕਰ ਜੀ ਦਾ, ਕਿ ਬਾਰਿਸ਼ ਹੋਈ ਤੋ ਫੂਲੋਂ ਕੇ ਤਨ ਚਾਕ ਹੋ ਗਏ, ਮੌਸਮ ਕੇ ਹਾਥ ਭੀਗ ਕਰ ਸਫਾਕ ਹੋ ਗਏ, ਧਰਤੀ ਕੋ ਕਿਆ ਖਬਰ ਥੀ ਬਾਦਲ ਕੀ ਚਾਹ ਮੇਂ, ਕਿਤਨੇ ਬੁਲੰਦੋ ਬਾਲਾ ਸਜਰ ਖਾਕ ਹੋ ਗਏ, ਦਿਨ ਮੇਂ ਜੁਗਨੂਓਂ ਕੋ ਪਕੜਨੇ ਕੀ ਜ਼ਿੱਦ ਕਰਤੇ ਹੈ, ਬੱਚੇ ਹਮਾਰੇ ਅਹਿਦ ਕੇ ਚਾਲਾਕ ਹੋ ਗਏ। ਸੋ ਇਹ ਦਿਨ 'ਚ ਜੁਗਨੂਆਂ ਨੂੰ ਫੜਨ ਦੀ ਜ਼ਿੱਦ ਕਰਦੇ ਆ, ਹਾਲਾਂਕਿ ਰਾਤੋ ਰਾਤ ਸਟਾਰ ਬਣਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ, ਹਾਲਾਂਕਿ ਲੰਬਾ ਸਫ਼ਰ ਅਤੇ ਲੰਮੀ ਦੌਰੇ ਦੇ ਪਿੱਛੇ ਬਹੁਤ ਮਿਹਨਤ ਮੁਸ਼ਕਤ। ਜਿਹੜੇ ਸ਼ਾਇਰਾਂ ਦੀ ਇਹਨਾਂ ਦੀ ਗੱਲ ਕੀਤੀ, ਜਿਸ ਹਿਸਾਬ ਨਾਲ ਤੁਸੀਂ ਗਾਇਕੀ ਚੁਣੀ ਆ, ਮੈਨੂੰ ਲੱਗਦਾ ਬੜੇ ਸਾਬਤ ਕਦਮੀ ਆਪਣੇ ਰਾਹ ਤੇ ਚੱਲ ਰਹੇ ਹੋ ਤੁਸੀਂ ਜੀ ਜੀ ਬਿਲਕੁਲ ਸਰ। ਤੇ ਹੁਣ ਤੱਕ ਕਿੰਨੇ ਗੀਤ ਤੇ ਕਿਸ ਹਿਸਾਬ ਨਾਲ ਤੁਹਾਨੂੰ ਰਿਸਪੋਂਸ ਮਿਲਿਆ ਲੋਕਾਂ ਦਾ? ਜੀ, ਦੋ ਐਲਬਮਸ ਮਾਰਕੀਟ ਦੇ ਵਿੱਚ ਅਮਰ ਆਡੀਓ ਕੰਪਨੀ ਨੇ ਰਿਲੀਜ਼ ਕੀਤੀਆਂ, ਇੱਕ 2012 ਦੇ ਵਿੱਚ ਦਿਲ ਤੋਂ ਦਿਲ ਤੱਕ, ਜਿਹਦਾ ਗੀਤ ਗੱਡੀਆਂ ਵਾਲੀ ਤਾਰੋ ਚੱਲ ਮਨਾ, ਕੁੜੀਆਂ ਅਖਬਾਰ ਸਾਰੇ ਉਹਦੇ ਵਿੱਚ, ਸਮਾਜਿਕ ਮੁੱਦੇ ਸਾਰੇ, ਹਰ ਤਰ੍ਹਾਂ ਦਾ ਰੰਗ ਅਸੀਂ ਪੇਸ਼ ਕੀਤਾ ਸੀ, ਅਤੇ ਬਚਨ ਬੇਦਲ ਸਾਹਿਬ ਦੀ ਪ੍ਰੈਜੈਂਟੇਸ਼ਨ ਦੇ ਵਿੱਚ, ਅਤੇ ਨੈਕਸਟ ਐਲਬਮ 2015 ਦੇ ਵਿੱਚ ਦਰਵਾਜ਼ਾ, ਅਤੇ ਉਹ ਸਬਾਈ USA ਤੋਂ ਸਾਜਨ ਕੁਹਾੜ ਹੋਣਾ ਦੀ ਪ੍ਰੈਜੈਂਟੇਸ਼ਨ 'ਚ, ਹਾਂਜੀ, ਦੋ ਐਲਬਮਸ ਕੀਤੀਆਂ ਸੀ, ਅਤੇ ਉਸਦੇ ਵੀ ਵੀਡੀਓ 2-3 ਚੱਲਦੇ ਰਹੇ ਚੈਨਲਾਂ 'ਤੇ, ਕਾਫੀ ਪਸੰਦ ਕੀਤੇ ਜੀ। ਦਿਲਰਾਜ, ਕਈ ਵਾਰ ਮਾਰਕੀਟ ਦੇ ਲੋਕਾਂ ਦੇ ਰੁਝਾਨ ਜਾਂ ਇੱਕ ਪਰੰਪਰਾ ਏਦਾਂ ਦੀ ਬਣਾ ਦਿੱਤੀ ਗਈ ਆ ਵੀ ਬਹਿ ਕੇ ਗਾਇਆ ਤੇ ਬੀਟ ਵਾਲੇ ਗਾਣੇ ਨਹੀਂ ਗਾਉਣੇ, ਸ਼ਾਦੀਆਂ 'ਚ ਨਹੀਂ ਵੱਜਣੇ, ਤਾਂ ਜਿਹੜੇ ਮੌਕੇ 'ਤੇ ਗਾਣਾ ਵੱਜਣਾ ਹੀ ਵੱਜਣਾ, ਜੇ ਨਹੀਂ ਵੱਜਿਆ ਜਾਣਾ ਤਾਂ ਫਿਰ ਬੀਟ ਵਾਲਾ ਗਾਣਾ ਗਾਉਣਾ ਪਊ, ਫਿਰ ਇਹੀ 2-4 ਕਿਸਮ ਦੇ ਗਾਏ ਜਾ ਸਕਦੇ ਆ। ਕੀ ਅਸੀਂ ਨੱਚ ਤਾਂ, ਜੇ ਨੱਚਣਾ ਵੀ ਹੋਵੇ, ਕੀ ਨੱਚਣ ਲਈ ਚੰਗੇ ਸ਼ਬਦ ਨਹੀਂ ਲੱਭਦੇ? ਨਹੀਂ, ਹੁਣ ਤੁਸੀਂ ਦੇਖੋ ਜੀ, ਸਰਤਾਜ ਜੀ ਨੇ ਸਾਈ ਵੀ ਗਾਇਆ ਸੀ, ਸਰਤਾਜ ਜੀ ਨੇ ਗਾਇਆ ਸੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਾਮਾ ਨਹੀਂ ਹੋ ਦੱਸ ਕੀ ਪਾਲ ਦੀ, ਕਿ ਉਹ 'ਤੇ ਨਹੀਂ ਨੱਚਿਆ ਜਾ ਸਕਦਾ, ਉਹ ਵੀ ਤਾਂ ਬੈਠ ਕੇ ਪਰਫੋਰਮੈਂਸ ਹੁੰਦੀ। ਸੋ ਜੇ ਆਨੰਦ ਲੈਣਾ ਤਾਂ ਕਿਸੇ ਕੁਦਰਤ ਦੇ ਸਾਡੇ ਆਸੇ ਪਾਸੇ ਹੀ ਹੈ, ਜੇ ਆਨੰਦ ਲੈਣਾ ਤਾਂ, ਜੇ ਨਹੀਂ ਲੈਣਾ ਤਾਂ ਤੁਹਾਡੀ ਮਰਜ਼ੀ ਜੀ। ਔਰ ਅੱਗੇ ਮੈਂ ਸੋਚਦਾ ਤੁਹਾਡਾ ਇੱਕ ਗੀਤ ਹੋਰ ਸਾਂਝਾ ਕਰ ਜੀ, ਜਿਹੜਾ ਮੇਰੇ ਖਿਆਲ 'ਚ ਤੁਸੀਂ ਚੱਲ ਮਨਾ ਵੀ ਕਿਹਾ ਵੀ ਇਹ ਜੀ, ਚੱਲ ਮਨਾ ਇੱਕ ਐਸਾ ਗੀਤ ਹੈ ਜਿਹੜਾ ਜਿਸ ਦੇ ਵਿੱਚ ਜਿਸਦਾ ਹਰੇਕ ਸ਼ੇਅਰ ਆਪਣੇ ਆਪ 'ਚ ਇੱਕ ਮੁਕਾਮ ਆ ਜੀ ਜੀ। ਅਤੇ ਤੁਹਾਨੂੰ ਇਹ ਕਿਉਂ ਚੰਗਾ ਲੱਗਦਾ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਉ, ਅਸੀਂ ਵੀ ਜਾਣੀਏ ਜਿਹਨੇ ਗਾਇਆ ਉਹਨੇ ਕੀ ਸੋਚ ਕੇ ਗਾਇਆ, ਉਹਦੇ ਮਨ 'ਚ ਕਿੰਨੀ ਖੁਸ਼ੀ ਹੈ। ਐਕਚੁਲੀ ਇਹ ਲਿਖਿਆ ਬਚਨ ਬੇਦਲ ਸਾਹਿਬ ਨੇ ਆ, ਉਹਨਾਂ ਦੀ ਕਿਤਾਬ ਪਿੰਡ ਆਵਾਜ਼ਾਂ ਮਾਰਦਾ, ਅਤੇ ਇਸ ਵਕਤ ਇਹ ਸਿਲੇਬਸ ਦੇ ਵਿੱਚ ਵੀ ਹੈਗਾ, +1-2 ਦੇ। ਹਾਂਜੀ ਹਾਂਜੀ, ਚੱਲ ਮਨਾ ਚਲੋ ਉਸ ਪਿੰਡ ਚੱਲੀਏ, ਜਿਸ ਪਿੰਡ ਤੋਂ ਆਏ, ਜਿਸ ਪਿੰਡ ਦੇ ਇੱਕ ਘਰ ਦੀ ਛੱਤ 'ਤੇ ਬੈਠਾ ਕਾਂਕੁਰ ਲਾਏ, ਜਿਸ ਪਿੰਡ ਵਿੱਚ ਬਾਬਲ ਦਾ ਵਿਹੜਾ ਵੱਸਦੇ ਚਾਚੇ ਤਾਏ, ਜਿਸ ਪਿੰਡ ਮੇਰੀ ਬੁੱਢੀ ਮਾਂ ਨੇ ਰੋ ਰੋ ਨੈਣ ਗਵਾਏ। ਸੋ ਇਸਦੇ ਬੋਲ ਹੀ ਧੂ ਪਾਉਣ ਵਾਲੇ ਆ, ਕੁਛ ਸ਼ਬਦਾਵਲੀ ਇਹਦੀ ਜੀ, ਅਤੇ ਫਿਰ ਧੂ ਪਾ ਹੀ ਦੇ ਪਾ ਦੇ ਜੀ, ਸਰੋਤਿਆਂ ਦੇ ਮਨ ਜੀ। ਥੈਂਕ ਯੂ, ਇੱਕ ਗੀਤ ਤੁਹਾਡੇ ਲਈ ਹਾਜ਼ਰ ਕਰ ਲਿਆ ਜੀ। ਥੋੜਾ ਜਿਹਾ ਮੂੰਹ ਤੇ ਉਂਗਲ ਬਹੁਤ ਘੱਟ ਮਾਰ, ਫੇਸਬੁੱਕ ਬਹੁਤ ਥੋੜਾ, ਬਾਰ ਬਾਰ ਚੰਗਾ ਨਹੀਂ ਲੱਗਦਾ। ਅੱਛਾ ਹੁਣ ਐਂ ਕਰੋ ਜੀ,
ਮਾਸਟਰ ਜੀ ਕੀ ਹੋਰ ਪੁੱਛਿਆ ਜਾ ਸਕਦਾ, ਗੱਲ ਥੋੜੀ ਲੰਮੀ ਹੈ। ਥੋੜੀ ਜੀ ਪਾਰਸੀ ਦੀ ਕਵਿਤਾ ਵੀ ਗਾ ਲੈਂਦੇ ਆ ਨਾ, ਦੋਨੋਂ ਰਲ ਕੇ ਵੀ ਗਾ ਲੈਂਦੇ ਆ, ਇਕੱਲਾ ਵੀ ਗਾ ਲੈਂਦੇ। ਤੁਸੀਂ ਇਕੱਠੀ ਗਾ ਲਓਗੇ? ਹਾਂਜੀ ਇਕੱਠੀ ਗਾ ਲਾਂਗੇ। ਇੱਕ ਹੀ ਸਦਾ ਕਰਨੈਲ ਪਾਰਸ ਜੀ ਦਾ ਕਿਹੜੀ 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 ਦੱਸੋ ਆਪਾਂ, ਜਿਹੜੀ ਤੁਹਾਨੂੰ ਦੋ ਚੰਗੀ ਤਰ੍ਹਾਂ ਆਉਂਦੀ ਹੋਵੇ। ਦੋ ਟੱਪੇ ਇਹ ਅਖੀਰ ਚ ਹੋਣਗੇ, ਅਖੀਰ ਬਿਲਕੁਲ ਐਂਡ ਚ। ਹਾਂ ਪਰ ਹੁਣ ਮੈਨੂੰ ਇਹ ਚਾਹੀਦਾ ਜੀ, ਮੈਂ ਗੱਲਬਾਤ ਕਿਹੜੀ ਉੱਭਰਨੀ ਚਾਹੀਦੀ, ਕਿਹੜਾ ਪੱਖ ਹੋਣਾ ਚਾਹੀਦਾ ਗੱਲਬਾਤ? ਦੇਖੋ ਤੁਸੀਂ ਹੁਣ ਮੇਰਾ ਖਿਆਲ ਇੱਕ ਤਾਂ ਤੁਸੀਂ ਹੁਣ ਸ਼ੁਰੂ ਕਰ ਹੀ ਦਿੱਤੀ, ਉਹ ਜਿਹੀ ਲੱਚਰ ਗਈ ਕੀ ਵਾਲੀ ਗੱਲ ਹੈ ਉਹ। ਇਹ ਇਹਦੇ 'ਚ ਇਹੀ ਗੱਲ ਕਹਿਣ ਵਾਲੀ ਹੈ ਵੀ ਜਿਹੜਾ ਅੱਜ ਹੁਣ ਅੱਜ ਦੇਖੋ ਪਾਰਸ ਅਤੇ ਰਾਜਬਲੀ ਹੋਣਾ ਦੀਆਂ ਲਿਖਤਾਂ ਨੂੰ 60-70 ਸਾਲ ਹੋ ਗਏ ਆ, ਤੇ ਉਹ ਅੱਜ ਵੀ ਲੋਕ ਪਸੰਦ ਕਰਦੇ ਆ, ਠੀਕ ਹੈ ਨਾ। ਤੇ ਜਿਹੜੇ ਲੱਚਰ ਗਾਣੇ ਜਿਵੇਂ ਇਹਨੇ ਕਿਹਾ, ਉਹ ਤਾਂ ਪਟਾਕਾ ਚੱਲ ਕੇ ਉਸੇ ਵੇਲੇ ਖਤਮ ਹੋ ਜਾਂਦੇ ਆ, ਉਹ ਵਕਤੀ ਤੌਰ 'ਤੇ ਆ। ਅਤੇ ਥੋੜ੍ਹਾ ਜਿਹਾ ਮੈਂ ਜਦੋਂ ਐਂਡ 'ਤੇ ਇੱਕ ਅੱਧਾ ਕੁ ਮਿੰਟ ਮੈਂ ਇਹੀ ਕਹਿਣਾ ਵੀ ਉਹ ਜਿਹੜਾ ਪੰਜਾਬੀ ਅਖਬਾਰ 'ਚ ਅੱਜ ਟਹਿਣੇ ਦਾ ਲੇਖ ਛਪਿਆ ਵੀ ਉਹ ਗਾਇਕਾਂ ਨੂੰ ਉਹ ਪੜ੍ਹਨਾ ਚਾਹੀਦਾ ਜ਼ਰੂਰ। ਅੱਛਾ ਹਾਂ, ਉਹ ਇਸੇ ਕੰਮ 'ਤੇ ਆ। ਉਹ ਤਾਂ ਇੰਨਾ ਕਿ ਬਸ ਵੀ ਤੂੰ ਐਂਡ 'ਤੇ ਮੈਂ ਕੀ ਕਹਿਣਾ, ਤੂੰ ਦੱਸ ਵੀ ਤੂੰ ਕੀ ਬੋਲਣਾ ਚਾਹੁੰਦਾ ਬਾਈ, ਤੇਰੇ ਮਨ 'ਚ ਕੀ ਹੈ? ਤੂੰ ਆਪ ਦੀ ਗੱਲ ਦੱਸ ਵੀ ਤੂੰ, ਕਿਉਂਕਿ ਮੈਂ ਪੁੱਛੂੰਗਾ ਨਾ ਉਹ ਮੇਰੇ ਹਿਸਾਬ ਨਾਲ ਹੋਊ, ਮੈਂ ਉਦਾਂ ਦੀ ਇੰਟਰਵਿਊ ਤਾਂ ਕਰਨੀ ਹੈ ਤੇ ਮੈਂ ਉਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਸਵਾਲ ਪੁੱਛ ਕੇ ਚੁੱਪ ਕਰ ਜਾਂਦੇ, ਤੁਸੀਂ ਬੋਲਦੇ ਹੋ, ਜੇ ਮੈਂ ਬੋਲਦਾ ਨਾ ਵਿੱਚ ਫਿਰ ਉਹ ਚੀਜ਼ ਚੰਗੀ ਨਹੀਂ ਲੱਗਦੀ। ਬਸ ਮੈਂ ਤੁਹਾਨੂੰ ਬਸ ਐ ਤੁਣਕਾ ਲਾਉਣਾ, ਇੱਕ ਤਾਂ ਜੀ ਇਹਨਾਂ ਦੇ, ਉਸ ਤੋਂ ਬਾਅਦ ਮੈਨੂੰ ਐਂ ਕਹਿਣਾ ਪੈ ਜਾ ਤੁਹਾਨੂੰ ਵੀ ਬਾਈ ਬਸ ਹੁਣ ਇੱਦਾਂ ਚੱਲੋ ਤੁਸੀਂ, ਤਾਂ ਕਿ ਲੋਕ ਤੁਹਾਡੇ ਨਾਲ ਜੁੜ ਜਾਣ, ਮੇਰੇ ਨਾਲ ਜੁੜਨਾ ਨਾ ਫਿਰ ਭੈੜਾ ਲੱਗੂਗਾ। ਜੀ ਜੀ ਜੀ, ਮੈਂ ਉਹ ਚੀਜ਼ ਚਾਹੁੰਦਾ, ਉਹ ਚੀਜ਼ ਮੈਨੂੰ ਕਹਿ ਦੇ ਵੀ ਰਮਨ ਮੈਨੂੰ ਆਪ ਪੁੱਛ ਲਾ, ਤੇ ਫਿਰ ਉਹ ਆਪਣੇ ਦਿਲ ਦੀ ਗੱਲ ਕਹੋ ਜਿਹਦੇ ਤੇ ਵੀ ਬੋਲਣਾ, ਜੋ ਵੀ ਤੁਹਾਨੂੰ ਲੱਗਦਾ ਵੀ ਮੈਂ ਆਹ ਗੱਲ ਕਹਿਣੀ ਚਾਹੁੰਦਾ ਰੇਡੀਓ ਦੇ ਮਨ ਤੋਂ। ਬਾਈ ਸਾਜਨ ਕੁਹਾੜ ਦਾ ਲਿਖਿਆ ਗੀਤ ਤੇ ਕਿਸੇ ਹੋਰ ਨਵੇਂ ਤੂੰ ਆਪਦਾ ਹੀ ਕਰਦੇ ਹੁਣ ਨਾ ਲੈ ਗਈ ਵੀ ਅਸੀਂ ਦੇਖਦਾ ਤੈਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਵੀ ਜਿਹੜੀ ਤੂੰ ਸਰੋਤਿਆਂ ਤੱਕ ਪਹੁੰਚਾਉਣੀ ਚਾਹੁੰਦਾ ਹੈ। ਇਹ ਚੀਜ਼ ਦੀ ਕਿਸ ਤਰ੍ਹਾਂ ਦੀ ਗੱਲਬਾਤ ਹੈ ਜੀ? ਉਹ ਕਿਉਂਕਿ ਗੱਲਬਾਤ ਦਾ ਅਸਰ ਪੈਂਦਾ ਸਰੋਤਿਆਂ ਤੇ। ਇੱਕ ਥੋੜੀ ਜੀ ਆਵਾਜ਼ ਉੱਚੀ ਕਰ ਲਾ, ਬਾਹਲੀ ਥੋੜੀ ਜੀ, ਬੜੀ ਧੀਮੀ ਆ ਤੇਰੀ ਆਵਾਜ਼ ਜੀ, ਬਹੁਤ ਥੋੜੀ ਆ। ਤੇ ਜੇ ਗਾਉਣਾ ਵੀ ਪਿਆ ਨਾਲ ਮੈਨੂੰ ਤੇ ਕਿਹੜਾ ਗਾਉਣਾ, ਉਹੀ ਜਗ ਜਗ ਸਿੰਘ ਨਾਲ ਦੋ ਕੁ ਲਾਈਨਾਂ, ਉਹ ਦੋ ਕੁ ਲਾਈਨਾਂ ਕਹਿ ਦਿਓ ਉਹਦੀਆਂ। ਅਗਲੇ ਪਾਸੇ ਕੋਈ ਵਾਪਸ ਹੁੰਦਾ ਦੇਖਿਆ ਨਾ, ਇਹ ਨੀ ਮੈਂ ਤਾਂ ਤੂੰ ਇਕੱਲਾ ਹੀ ਨਵੇੜ ਦੇ, ਕਿਉਂਕਿ ਮੇਰੀ ਆਵਾਜ਼ ਨੀ ਤੇ ਉਹ ਕਹਿ ਨਹੀਂ ਸਿੱਧੂ ਭਾਜੀ ਨੂੰ ਕੋਈ ਸ਼ਰੀ ਨਹੀਂ ਗਾਉਣੀ, ਸਿੱਧੂ ਆਪ ਦੇ ਜਿਹੜੇ ਮੇਰੇ ਤਾਂ ਹੁਣ ਇਹਦੇ 'ਚ ਆਈ ਜਾਂਦਾ ਹੁਣ ਤੁਹਾਡੀ ਵੀ ਨਹੀਂ ਆਉਂਦੀ, ਤਾਂ ਵਧੀਆ ਕਰਨੀ ਹੁੰਦੀ ਆ ਗੱਲ ਇਹ ਜੀ। ਡਿਲੀਟ ਕਰ ਦੇ ਸਿੱਧੂ ਭਾਜੀ, ਇਹੀ ਗਾਊਗਾ ਕਵੀਸ਼ਰੀ, ਮੇਰਾ ਗਲਾ ਨਹੀਂ ਅੱਜ ਹੈਗਾ ਠੀਕ, ਤੇ ਮੇਥੋਂ ਗਾ ਨਹੀਂ ਹੋਣੀ, ਕਵੀਸ਼ਰੀ ਵਾਲਾ ਆਪਾਂ ਰਹਿਣ ਦੇਗੇ, ਆਪਦੇ ਰੰਗ ਪੇਸ਼ ਕਰ ਦੂਗਾ। ਅੱਛਾ ਮੈਂ ਬਾਪੂ ਹੋਣਾ ਦੇ ਦੋ ਬੋਲ ਮੈਂ ਗੱਲਾਂ ਸੁਣਾ, ਦੋ ਬੋਲ ਕੱਲੀ ਸੁਣਾ ਦੀ ਬਸ। ਬਾਪੂ ਪਾਰਸ ਨੂੰ ਬਥੇਰਾ ਦਵਲਿਆ ਸੀ ਇੱਥੇ
ਜੀ ਰੈਡ ਐਫ ਐਮ ਦੇ ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਕੈਲਗਰੀ ਤੇ ਮੈਂ ਹਾਂ ਮੇਜ਼ਬਾਨ ਰਮਨਜੀਤ ਸਿੰਘ ਸਿੱਧੂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਦਿਲਰਾਜ ਸਿੰਘ ਦਿਲਰਾਜ ਜੀ ਦੀ ਗਾਇਕੀ ਦੀਆਂ ਦੋ ਵਨਗੀਆਂ ਤੁਹਾਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਔਰ ਇਸ ਤੋਂ ਮਗਰੋਂ ਹੁਣ ਗੱਲ ਆਉਂਦੀ ਹੈ ਦਿਲਰਾਜ ਜੀ ਅਗਲੇ ਸਫ਼ਰ ਦੀ ਜੀ ਆਉਣ ਵਾਲੇ ਸਮੇਂ 'ਚ ਸਾਨੂੰ ਤੁਹਾਡੇ ਤੋਂ ਕੀ ਮਿਲ ਸਕਦਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਸ਼ੇਰ ਅਰਜ਼ ਕਰਦਾ ਮੈਂ ਕਿ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਵੀ ਦੇਣਾ ਪਾਉਂ ਦੀਏ ਹੈ ਤੋ ਤੌਫੀ ਕੇ ਸਫ਼ਰ ਵੀ ਦੇਣਾ ਮੈਂ ਤੋ ਗੂੰਗਾ ਥਾ ਯੇ ਗੁਫ਼ਤਗੂ ਤੂ ਨੇ ਸਿਖਾਈ ਹੈ ਅਬ ਮੈਂ ਬੋਲੂੰਗਾ ਤੋ ਮੇਰੀ ਬਾਤੋਂ ਮੈਂ ਅਸਰ ਵੀ ਦੇਣਾ ਸੋ ਜੋ ਵੀ ਕਰ ਰਹੇ ਹਾਂ ਸੋ ਉਹ ਕਲਚਰ ਨਾਲ ਰਿਲੇਟਿਵ ਕੁਛ ਕੁਛ ਇੱਦਾਂ ਦਾ ਨਹੀਂ ਕਰ ਰਹੇ ਵੀ ਜਿਹਦੇ ਵਿੱਚ ਲੱਚਰਤਾ ਝਲਕਦੀ ਹੋਵੇ ਹਮੇਸ਼ਾ ਅਤੇ ਕੁਛ ਟਾਈਮ ਦਾ ਗੈਪ ਪੈ ਗਿਆ ਸੀ ਪਹਿਲਾਂ ਕਿ ਹੁਣ ਵੀ ਕਾਫੀ 2 ਸਾਲ ਦਾ ਗੈਪ ਪੈ ਗਿਆ ਗੀਤ 2015 ਤੋਂ ਬਾਅਦ ਸੋ ਉਸ ਗੈਪ ਦਾ ਕਾਰਨ ਇਹ ਸੀ ਕਿ ਕੁਛ ਚੰਗਾ ਕਰਨਾ ਦੀ ਇੱਛਾ ਕਿ ਕੁਛ ਵੱਖਰਾ ਜਿੱਦਾਂ ਗੱਡੀਆਂ ਵਾਲੀ ਤਾਰੋ ਇੱਕ ਭੀੜ 'ਚੋਂ ਵੱਖਰਾ ਗੀਤ ਅਤੇ ਉਸ ਵੱਖਰੇਪਨ ਕਰਕੇ ਉਹਨੂੰ ਪਸੰਦ ਕੀਤਾ ਗਿਆ ਸੋ ਕੁਛ ਇੱਦਾਂ ਦਾ ਗੀਤ ਬਾਈ ਹੁਣ ਸਾਜਨ ਸਿੰਘ ਕੁਹਾੜ USA ਤੋਂ ਮੇਰੇ ਬਾਈ ਜੀ ਨੇ ਅਤੇ ਵੱਡੇ ਪਿਆਰੇ ਮਿੱਤਰ ਨੇ ਅਤੇ ਵਧੀਆ ਰਾਈਟਰ ਨੇ ਅਤੇ ਉਹਨਾਂ ਦੇ ਲਿਖੇ ਗੀਤ ਦੋ ਅਤੇ ਉਹ ਆਲਰੇਡੀ ਮਿਊਜ਼ਿਕ ਸਾਡਾ ਹੋ ਚੁੱਕਾ ਹੈ ਅਤੇ ਜਲਦੀ ਵੀਡੀਓ ਬਣਾ ਕੇ ਸਰੋਤਿਆਂ ਦੇ ਰੂਬਰੂ ਕਰਦੇ ਹਾਂ ਜੀ ਅਤੇ ਪਹਿਲਾਂ ਵਾਲੀ ਕੈਸਟ ਦੇ ਵਿੱਚ ਵੀ ਅਸੀਂ ਇਹ ਐਕਚੁਲੀ ਪਿੰਡ ਆਵਾਜ਼ਾਂ ਮਾਰਦਾ ਕਿਤਾਬ ਸੀ ਬਚਨ ਬੇਦਲ ਸਾਹਿਬ ਦੀ ਅਤੇ ਉਹਨੀ ਦਿਨੀ ਮੈਂ 7-8 ਸਾਲ ਬੇਦਲ ਸਾਹਿਬ ਦੇ ਸੰਗਤ ਕੀਤੀ ਆ ਅਤੇ 2-3 ਸਾਲ ਬਾਈ ਰਾਜ ਬਰਾੜ ਸਾਹਿਬ ਨਾਲ ਸਟੇਜਾਂ 'ਤੇ ਜਾਂਦਾ ਰਿਹਾ ਮੈਂ ਅਤੇ 3-4 ਸਾਲ ਬਰਕਤ ਸਿੱਧੂ ਸਾਹਿਬ ਉਹਨਾਂ ਦੀ ਸੰਗਤ ਕੀਤੀ ਬਾਕੀ ਛੋਟੇ ਹੁੰਦਿਆਂ ਤੋਂ ਬਾਪੂ ਪਾਰ ਸਾਹਿਬ ਉਹਨਾਂ ਨੂੰ ਸੁਣਦੇ ਰਹੇ ਬਾਈ ਹਰਭਜਨ ਮਾਨ ਸਾਹਿਬ ਉਹਨਾਂ ਨੂੰ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਾਂ ਛੋਟੇ ਹੁੰਦੇ ਸੀ ਸੋ ਸਕੂਲ ਦੇ ਵਿੱਚ ਵੀ ਉਹੀ ਗੀਤ ਸੁਣਨੇ ਪਰਫੋਰਮ ਕਰਨੇ ਅਤੇ ਸੋ ਉਸ ਕਿਤਾਬ ਦੇ ਵਿੱਚ ਸੀ ਇਹ ਕਿੱਸਾ ਗੱਡੀਆਂ ਵਾਲੇ ਇੱਕ ਦਿਨ ਗੱਡੀਆਂ ਵਾਲੇ ਸਾਡੇ ਪਿੰਡ ਆਏ ਅਤੇ ਮੈਂ ਕਿਤਾਬ ਉਦੋਂ ਪਹਿਲਾ ਖਰੜਾ ਸਾਡੇ ਕੋਲ ਬਣ ਕੇ ਤਿਆਰ ਆਇਆ ਅਤੇ ਮੈਂ ਉਸ ਕਿਤਾਬ ਦੇ ਵਿੱਚੋਂ ਗੀਤ ਇਹਨੂੰ ਪੜ੍ਹਿਆ ਕਿੱਸੇ ਨੂੰ ਅਤੇ ਮੈਂ ਇੱਕ ਕੰਪੋਜੀਸ਼ਨ ਬਣਾ ਲਈ ਅਤੇ ਮੈਂ ਬੇਦਲ ਸਾਹਿਬ ਨੂੰ ਸੁਣਾਈ ਅਤੇ ਉਹ ਕਹਿੰਦੇ ਵੀ ਬਹੁਤ ਵਧੀਆ ਇਹਨੂੰ ਰਿਕਾਰਡ ਕਰਦੇ ਹਾਂ ਫਿਰ ਅਸੀਂ ਸੋਚਿਆ ਵੀ ਇਕੱਲਾ ਕਿਉਂ ਨਾਲ ਹੋਰ ਵੀ ਚੰਗੀ ਪੋਇਟਰੀ ਦੇ ਗੀਤ ਲਏ ਜਾਣ ਨਾਲ ਚੱਲ ਮਨਾ ਫਿਰ ਇਹਦੇ 'ਚੋਂ ਲੈ ਲਿਆ ਸੀਗਾ ਇਸੇ ਕਿਤਾਬ ਦੇ ਵਿੱਚੋਂ ਫਿਰ ਗੀਤ ਅਖਬਾਰ ਦੇ ਵਿੱਚ ਸਮਾਜਿਕ ਮੁੱਦਿਆਂ ਦੀ ਗੱਲ ਹੋਈ ਸੀ ਖੁਦਾ ਦਾ ਵਾਸਤਾ ਲੋਕੋ ਕਰੋ ਕੁਝ ਕਦਰ ਕੁੜੀਆਂ ਦੀ ਅਤੇ ਤੁਸੀਂ ਕਿੰਨੇ ਸੋਹਣੇ ਲੱਗਦੇ ਹੋ ਦੱਸਿਆ ਨਹੀਂ ਜਾਂਦਾ ਬੋਲ ਕੇ ਹਰ ਤਰ੍ਹਾਂ ਦਾ ਰੰਗ ਹੀ ਉਹਦੇ ਵਿੱਚ ਰੱਖਿਆ ਸੀਗਾ ਅਤੇ ਮੇਰਾ ਖਿਆਲ ਉਹ ਸਰਸਵਤੀ ਸਟੂਡੀਓ ਸਾਡੀ ਰਿਕਾਰਡਿੰਗ ਸੀਗੀ ਫਸਟ ਟਾਈਮ ਉਹ ਪਹਿਲੀ ਐਸੀ ਇੰਸੀਡੈਂਟ ਸੀਗਾ ਕਿ ਮੈਂ ਫਸਟ ਟਾਈਮ 12 ਵਜੇ ਮੈਂ ਸਟੂਡੀਓ 'ਚ ਵੜਿਆ ਅਤੇ 9 ਗੀਤ ਡੱਬ ਕਰਕੇ ਮੈਂ 6 ਵਜੇ ਸ਼ਾਮ ਨੂੰ ਬਾਹਰ ਆ ਗਿਆ ਸੀ ਇੱਕੋ ਦਿਨ ਦੇ ਵਿੱਚ 9 ਗੀਤ ਡੱਬ ਕਰਕੇ ਨਹੀਂ ਤਾਂ ਇੱਕ ਗੀਤ ਹੀ ਕਈ ਵਾਰੀ ਹਫ਼ਤਾ ਹਫ਼ਤਾ ਅੜ ਜਾਂਦਾ ਕਲਾਕਾਰਾਂ ਕੋਲੋਂ ਅਤੇ ਉਹ ਐਕਚੁਲੀ ਤਿਆਰੀ ਇੰਨੀ ਕੀਤੀ ਸੀ ਪਹਿਲਾਂ ਇੰਨੀ ਉਸ ਗਾਣੇ ਪਿੱਛੇ ਮਿਹਨਤ ਹੀ ਇੰਨੀ ਇੱਕ ਤਾਂ ਇੱਕ ਲੰਬੀ ਕਵਿਤਾ ਜੀ ਅਤੇ ਲੰਬੀ ਕਵਿਤਾ ਉਹਨੂੰ ਯਾਦ ਕਰਨਾ ਸਭ ਤੋਂ ਵੱਡੀ ਗੱਲ ਬਹੁਤ ਮੁਸ਼ਕਲ ਸੀ ਮੇਰੇ ਲਈ ਅਤੇ 3-4 ਮਹੀਨਿਆਂ ਦੀ ਪ੍ਰੈਕਟਿਸ ਦੇ ਵਿੱਚ ਇਹ ਹੋਇਆ ਅਤੇ ਫਿਰ ਉਸ ਤੋਂ ਬਾਅਦ ਰੈਗੂਲਰ ਚੱਲਦਾ ਇਹਦੇ 'ਚ ਕੋਈ ਸਪੇਸ ਨਹੀਂ ਆ ਮਿਊਜ਼ਿਕ ਦੀ ਸਪੇਸ ਨਹੀਂ ਗੀ ਕਿਤੇ ਤੁਸੀਂ ਰੁਕ ਸਕਦੇ ਹੋ ਸਾਹ ਲੈ ਕੇ ਇਹ 6 ਮਿੰਟ ਦਾ ਰੈਗੂਲਰ ਗੀਤ ਚੱਲਦਾ ਇੱਕ ਬ੍ਰੈਥਲੈਸ ਕਹਿ ਸਕਦੇ ਜਿਹਨੂੰ ਅਤੇ ਇਹ ਬੜਾ ਚੈਲੇਂਜਿੰਗ ਵਾਲਾ ਕੰਮ ਸੀ ਮੇਰੇ ਲਈ ਸੋ ਬਾਕੀ ਹੋਰ ਜਿਹੜੇ 8 ਗੀਤ ਡੱਬ ਕਰਨੇ ਸੀ ਉਹ ਵੀ ਔਨ ਦਾ ਸਪੋਟ ਇੱਕੋ ਦਿਨ 'ਚ ਹੀ ਕੀਤੇ ਅਸੀਂ ਅਤੇ ਪਰ ਜਿਸ ਹਿਸਾਬ ਨਾਲ ਇੰਨੀ ਕਾਹਲੀ 'ਚ ਕੰਮ ਕੀਤਾ ਸੀਗਾ ਅਤੇ ਰੂਹ ਨਾਲ ਕੀਤਾ ਸੀ ਕਿਉਂਕਿ ਕੰਮ ਸੋ ਤਾਂ ਕਰਕੇ ਉਮੀਦ ਸੀ ਵੀ ਸਰੋਤੇ ਪਸੰਦ ਕਰਨਗੇ ਔਰ ਕੀਤਾ ਵੀ ਆ ਜੀ ਦਿਲਰਾਜ ਬੜੀ ਖੂਬਸੂਰਤ ਗੱਲ ਤੁਸੀਂ ਦੱਸੀ ਆ ਵੀ ਗਾਇਕ ਨੂੰ ਪਿੱਛੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਗੀਤ ਹੁਣ ਸਾਰੇ ਮੈਨੂੰ ਉਮੀਦ ਹੈ ਸਾਰੇ ਸਰੋਤੇ ਇੱਕ ਵਾਰ ਦੁਬਾਰਾ ਸੁਣਨਗੇ ਜੀ ਇਹਦੇ ਪਿੱਛੇ ਘਾਲਣਾ ਕਿੰਨੀ ਘਾਲੀ ਹੋਈ ਆ ਹੁਣ ਉਸ ਨਜ਼ਰੀਏ ਤੋਂ ਸੁਣਨਗੇ ਜੀ ਕਈ ਵਾਰ ਅਸੀਂ ਸਿਰਫ ਕਿਰਤ ਨੂੰ ਕਿਰਤ ਦੇ ਤੌਰ ਤੇ ਲੈ ਲੈਂਦੇ ਹਾਂ ਬਿਲਕੁਲ ਪਰ ਜਦੋਂ ਪਤਾ ਲੱਗਦਾ ਨਾ ਵੀ ਉਹਦੇ ਪਿੱਛੇ ਉਹਦੇ
ਬੈਕਗ੍ਰਾਉਂਡ 'ਚ ਕਿੰਨਾ ਕੰਮ ਕੀਤਾ ਗਿਆ ਉਹ ਹੋਰ ਇੰਸਪੀਰੇਸ਼ਨਲ ਹੋਇਆ ਜੀ। ਰਮਨ ਜੀ, ਕਿਸੀ ਕੋ ਉਮਰ ਭਰ ਸ਼ੋਹਰਤ ਕੀ ਮਨਜ਼ੂਰੀ ਨਹੀਂ ਮਿਲਤੀ, ਪਸੀਨਾ ਸੂਖ ਜਾਨੇ ਪਰ ਵੀ ਮਜ਼ਦੂਰੀ ਨਹੀਂ ਮਿਲਤੀ, ਸਫ਼ਰ ਕਾ ਦਰਦ ਔਰ ਮੌਸਮ ਕੇ ਸਿਤਮ ਸਭ ਸਾਥ ਚਲਤੇ ਹੈ, ਕਿਸੀ ਕੋ ਇਤਨੀ ਆਸਾਨੀ ਸੇ ਮਸ਼ਹੂਰੀ ਨਹੀਂ ਮਿਲਤੀ। ਖੂਬਸੂਰਤ। ਸੋ ਇਹ ਜ਼ਿੰਦਗੀ ਦੇ ਜਿਹੜੇ ਤੁਹਾਡੇ ਦੁੱਖ ਸੁੱਖ ਹੈ, ਇਹ ਸਫ਼ਰ ਦੇ ਦਰਦ ਆ, ਸਿਤਮ ਮੌਸਮ ਦੇ, ਇਸ ਨਾਲ ਨਾਲ ਚੱਲਦੇ ਬਹੁਤ ਸਟਰਗਲ ਘਾਲਣਾ ਘਾਲਣੀ ਪੈਂਦੀ ਹੈ, ਅਤੇ ਇਹ ਮੁਕਾਮ ਛੇਤੀ ਜਲਦੀ ਹਾਸਲ ਨਹੀਂ ਹੁੰਦੇ। ਦਿਲਰਾਜ ਜੀ, ਜਿਵੇਂ ਤੁਸੀਂ ਮੇਰੀ ਅੱਜ ਸਵੇਰ ਖੂਬਸੂਰਤ ਕੀਤੀ, ਇੰਨੀਆਂ ਸੋਹਣੀਆਂ ਗੱਲਾਂ ਨਾਲ, ਮੇਰੀ ਉਮੀਦ ਹੈ ਮੇਰੇ ਸਾਰੇ ਰੈਡ ਐਫ ਐਮ ਦੇ ਸਰੋਤੇ ਵੀ ਇਹ ਆਨੰਦ ਲੈਂਦੇ ਹੋਣਗੇ। ਇੱਕ ਸਮਾਂ ਛੋਟੀ ਜਿਹੀ ਬ੍ਰੇਕ ਦਾ, ਦੁਬਾਰਾ ਹਾਜ਼ਰ ਹੁੰਦੇ ਹਾਂ।